ਅਮਰੀਕਾ ਵਿੱਚ ਜੋ 6 ਫਾਰ ਜਸਟਿਸ ਦੇ ਪ੍ਰਧਾਨ ਦੀ ਜਾਨ ਲੈਣ ਦੀ ਸਾਜ਼ਿਸ਼ ਅਸਫਲ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਹੁਣ ਅਮਰੀਕਾ ਵਿੱਚ ਇਸ ਸਬਾਰੇ ਸਾਊਥਰਨ ਡਿਸਟ੍ਰਿਕਟ ਆਫ ਨਿਊਯਾਰਕ ਤੋਂ ਯੂਐਸ ਅਟਾਰਨੀ ਦਫ਼ਤਰ ਦੇ ਵੱਲੋਂ ਦੱਸਿਆ ਗਿਆ ਹੈ ਕਿ ਨਿਖਿਲ ਗੁਪਤਾ ਨਾਮਕ ਵਿਅਕਤੀ ਦੇ ਉੱਤੇ ਕੇਸ ਦਰਜ ਕੀਤਾ ਗਿਆ ਹੈ ਜਿਸ ਦੇ ਉੱਤੇ ਕਤਲ ਕਰਵਾਉਣ ਦੀ ਸਾਜ਼ਿਸ਼ ਰਚਣ ਤੇ ਕਤਲ ਕਰਵਾਉਣ ਦੀ ਸਪਾਰੀ ਦੇਣ ਦੇ ਇਲਜ਼ਾਮ ਲੱਗੇ ਹਨ ਜਿਸ ਨੂੰ ਭਾਰਤ ਸਰਕਾਰ ਦੇ ਇੱਕ ਕਾਮੇ ਨੇ ਨਿਰਦੇਸ਼ ਦਿੱਤੇ ਕਥਿਤ ਤੌਰ ਤੇ ਅਮਰੀਕਾ ਵਿੱਚ ਉਹ ਇਲਜ਼ਾਮ ਲਾਏ ਜਾ ਰਹੇ ਨੇ ਕਿ ਹੁਣ ਇੱਕ ਅਮਰੀਕੀ ਨਾਗਰਿਕ ਨੂੰ ਕਤਲ ਕਰਨ ਦੀ ਸਾਜ਼ਿਸ਼ ਕੀਤੀ ਗਈ ਹੈ ਜਿਸ ਸਬੰਧੀ ਕਿਹਾ ਗਿਆ ਹੈ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਇੱਕ ਅਮਰੀਕੀ ਨਾਗਰਿਕ ਦੇ ਕਤਲ ਦੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਮਰੀਕੀ ਸਰਕਾਰ ਪੱਦਰ ਦੀ ਜਾਂਚ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਤਲ ਕਰਨ ਵਾਲੇ ਨੂੰ ਨikhil Gupta ਨੇ 1 ਲੱਖ ਡਾਲਰ ਦੇਣ ਦੇ ਲਈ ਸਹਿਮਤੀ ਪ੍ਰਗਟਾਈ ਪਰ ਜਿਸ ਨੂੰ ਉਹ ਪੇਸ਼ਕਸ਼ ਕਰ ਰਿਹਾ ਸੀ ਉਹ ਅੰਡਰਕਵਰ ਪੁਲਿਸ ਵਾਲਾ ਸੀ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਤੋਂ ਇੱਕ ਪੱਖ ਦੇ ਵਕੀਲਾਂ ਦਾ ਦਾਅਵਾ ਹੈ ਕਿ ਕੈਨਦਾ ਵਿੱਚ ਹਰਦੀਪ ਸਿੰਘ ਨਿਜਰਦੇ ਹੋਏ ਕਤਲ ਦੇ ਵਿੱਚ ਵੀ ਗੁਪਤਾ ਨੇ ਕਤਲ ਨੂੰ 15000 ਡਾਲਰ ਦੇਣ ਦਾ ਪ੍ਰਬੰਧ ਕੀਤਾ ਸੀ ਦਾਵਾ ਕੀਤਾ ਗਿਆ ਕਿ ਅੰਡਰਕਵਰ ਪੁਲਿਸ ਵਾਲਾ ਜੋ ਗੁਪਤਾ ਨੂੰ ਕਤਲ ਕਰਨ ਵਾਲਾ ਜਾਪ ਰਿਹਾ ਸੀ ਉਸ ਨੂੰ ਨikhil ਗੁਪਤਾ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਿਜਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤੇ ਹੋਰ ਕਈ ਜੜੇ ਨੇ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਹੈ ਤੇ ਉਸ ਨੇ ਵੀ ਕਿਹਾ ਕਿ ਹੁਣ ਨਿਸ਼ਾਨੇ ਦੇ ਉੱਤੇ ਰੱਖੇ ਗਏ ਨੂੰ ਕਤਲ ਕਰਨ ਦੇ ਲਈ ਕੋਈ ਉਡੀਕ ਕਰਨ ਦੀ ਲੋੜ ਨਹੀਂ ਹੈ ਜਦੋਂ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਾਵਾ ਕੀਤਾ ਕਿ ਹਰਦੀਪ ਸਿੰਘ ਨਿਜਰ ਨੂੰ ਕਤਲ ਕਰਨ ਪਿੱਛੇ ਭਾਰਤ ਸਰਕਾਰ ਦੀਆਂ ਏਜੰਸੀਆਂ ਦਾ ਹੱਥ ਹੈ ਉਦੋਂ ਤੋਂ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਕੋਈ ਵਧੀਆ ਨਹੀਂ ਚੱਲ ਰਹੇ ਤੇ ਹੁਣ ਕਈ ਦਿਨ ਤੋਂ ਅਮਰੀਕਾ ਦੇ ਵਿੱਚ ਵੀ ਅਜਿਹੇ ਦਾਅਵੇ ਹੋਣ ਲੱਗੇ ਨੇ ਜੋਗਰ ਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਬੁੱਧਵਾਰ ਨੂੰ ਕੈਨੇਡਾ ਦੀ ਵਿਦੇਸ਼ੀ ਮਾਮਲਿਆਂ ਦੀ ਮੰਤਰੀ ਨੂੰ ਇਸ ਬਾਰੇ ਸਵਾਲ ਵੀ ਕੀਤਾ ਗਿਆ ਜਿਨ੍ਹਾਂ ਨੇ ਕੁਝ ਹੀ ਇਸ ਤੇ ਬਾਰੇ ਬੋਲਿਆ ਜਿਨ੍ਹਾਂ ਕਿਹਾ ਕਿ ਜਦੋਂ ਗੱਲ ਆਉਂਦੀ ਹੈ ਕਿ ਅਮਰੀਕਾ ਦੇ ਵਿੱਚ ਕੀ ਹੋ ਰਿਹਾ ਹੈ ਉਹ ਸਿੱਧੇ ਤੌਰ ਦੇ ਤੇ ਟਿੱਪਣੀ ਨਹੀਂ ਕਰ ਸਕਦੇ ਕਿਉਂਕਿ ਬੇਸ਼ੱਕ ਉਹ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਕੰਮ ਦਾ ਸਨਮਾਨ ਕਰਦੇ ਨੇ ਤੇ ਉਹ ਉਹਨਾਂ ਦੀ ਕਾਨੂੰਨੀ ਪ੍ਰਣਾਲੀ ਦੀ ਆਜ਼ਾਦੀ ਦਾ ਵੀ ਸਨਮਾਨ ਕਰਦੇ ਨੇ ਉਹਨਾਂ ਕਿਹਾ ਕਿ ਉਹ ਆਪਣੇ ਭਰੋਸੇਯੋਗ ਦੋਸ਼ਾਂ ਦੇ ਉੱਤੇ ਕਾਇਮ ਨੇ ਕਿ ਕੈਨੇਡਾ ਦੀ ਧਰਤੀ take a Canadian well when it comes to what's happening in the US I won't comment directly because of course uh, I respect the uh, the work that the American law enforcement agencies are, are doing and I respect also the independence of their legal system what I can tell you though is that we stand by our own credible allegations that there was a killing of a Canadian on Canadian soil uh, linking to uh, uh, Indian agents, uh, so that's my first point. Second point is I've had numerous conversations with my American colleague, Secretary Blinken, on the issue that we were facing with India, uh, and at the same time, uh, we call on uh, India to engage in our own um, uh, in our own uh, investigation. Uh, and I think it is important that they do so. Uh, and uh, I'm also in contact with the Indian Foreign Minister, Jashenkar, on this very issue.